ਬੜੀ ਵੱਡੀ ਬਰਾਮਦਗੀ ਹੋਈ ਹੈ। 8 ਕਿਲੋ ਅਤੇ 0.2 ਗ੍ਰਾਮਸ ਹੀਰੋਇਨ ਬਰਾਮਦ ਹੋਈ ਹੈ। 6 ਕਿਲੋ ਅਫੀਮ ਹੈ, 4 ਪਿਸਟਲ ਨੇ ਔਰ 17 ਕਾਰਟ੍ਰਿਜਿਜ਼ ਨੇ। ਔਰ ਇਹ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 ਕਿਲੋ ਕੈਮੀਕਲ ਹੈ। ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ, ਦੋਨੋਂ ਡਰੱਗਸ ਹੀਰੋਇਨ ਅਤੇ ਓਪੀਐਮ ਦੀ, ਅਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ। ਉਹਦੇ 'ਚ ਜਿਹੜੇ ਪਿਸਟਲ ਨੇ ਉਹਦੇ 'ਚ 1.30 ਬੋਰ ਦਾ ਪਿਸਟਲ ਹੈ, ਇੱਕ ਗਲੋਕ ਹੈ ਇਟੈਲੀਅਨ ਮੇਡ, ਬੜਾ ਸੋਫਿਸਟੀਕੇਟਿਡ, ਔਰ 2.32 ਦੇ ਪਿਸਟਲ ਨੇ। ਇਹਦੇ 3 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ, ਇੱਕ ਹੈਗਾ ਆਦਿਤਿਆ ਅਤੇ ਦੂਸਰਾ ਸ਼ੰਭੂ ਅਤੇ ਇੱਕ ਮੁਸਕਾਨ ਲੜਕੀ ਹੈ। ਇਹਦੇ ਜਿਹੜਾ ਆਦਿਤਿਆ ਹੈਗਾ ਇਹ ਸਨ ਆਫ ਨੰਦ ਕਿਸ਼ੋਰ ਹੈ, ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ। ਇਹਦੀ ਜੇ ਆਪਾਂ ਬੈਕਗਰਾਊਂਡ ਦੇਖੀਏ ਕਿ ਆਪਣੇ ਬਿਲਕੁਲ ਅਨਪੜ੍ਹ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ। ਸ਼ੰਭੂ ਜਿਹੜਾ ਹੈ ਉਹ 4th ਕਲਾਸ ਪਾਸ ਹੈਗਾ, ਸਿਰਫ 4th ਸਟੈਂਡਰਡ, ਅਤੇ ਇਸ ਡਰਾਈਵਰੀ ਦਾ ਕੰਮ ਕਰਦਾ। ਮੁਸਕਾਨ ਜਿਹੜੀ ਮੇਨ ਇਹਦੇ 'ਚ ਕਿੰਗ ਪਿੰਨ ਹੈ, ਸਨੀ ਜਿਹੜਾ ਆਦਿਤਿਆ ਦਾ ਭਰਾ ਹੈ ਉਹਦੀ ਬੇਟੀ ਹੈ। ਇਹਨਾਂ ਸਾਰੇ ਜਿਹੜੇ ਮਤਲਬ ਸਾਜਿਸ਼ ਤਹਿਤ ਇਹ ਬੜਾ ਵੱਡਾ ਡਰੱਗ ਕਾਟਲ ਅਤੇ ਆਰਮਸ ਕਾਟਲ ਚਲਾ ਰਹੇ ਸੀਗੇ। ਜੋ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਸਾਰੀ ਡਰੱਗ ਲਿਆ ਕੇ ਕ੍ਰੋਸ ਬਾਰਡਰ ਵੀ ਹੈ ਔਰ ਕੁਛ ਜਿਹੜੀ ਵਿਦਨ ਇੰਡੀਆ ਜਿਵੇਂ ਓਪੀਐਮ ਹੈ ਉਹ, ਅਤੇ ਆਰਮਸ ਵੀ ਕੁਛ ਕ੍ਰੋਸ ਬਾਰਡਰ ਨੇ ਅਤੇ ਕੁਛ ਵਿਦਨ ਕੰਟਰੀ ਨੇ, ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰੱਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਅਤੇ ਵੱਡੀ ਕੁਆਂਟਿਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ, ਉਹਦੇ ਵਾਸਤੇ ਯੂਜ਼ ਕੀਤਾ ਗਿਆ। ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤਾਂ ਜਿਹੜਾ ਸਨੀ ਹੈ ਇਹਦੇ ਖਿਲਾਫ ਤਕਰੀਬਨ ਕਿੰਨੇ ਨੇ, 26 ਕੇਸਿਸ ਨੇ, 26 ਮੁਕੱਦਮੇ ਨੇ ਵੱਖ ਵੱਖ NDPS ਐਕਟ ਜਾਂ ਹੋਰ IPC ਦੀਆਂ ਸੈਂਸੇਸ਼ਨਲ ਹੀਨੀਅਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ, ਆਰਮਜ਼ ਐਕਟ ਹੈ। ਔਰ ਜਿਹੜਾ ਆਦਿਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ, ਅਤੇ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ 4 ਮੁਕੱਦਮੇ ਦਰਜ ਸੀ ਅਤੇ ਹੁਣ ਇਹ ਲੇਟੈਸਟ ਇਹ 'ਚ ਫੜਿਆ ਗਿਆ। ਉਹਦੇ 'ਚ ਵੀ ਜਿਹੜਾ ਆਰਮਜ਼ ਐਕਟ ਅਤੇ NDPS ਦੇ ਹੀ ਜ਼ਿਆਦਾ ਹੈਗੇ ਆ। ਜੋ ਇਹਦੇ 'ਚ ਹੋਰ ਵੀ ਇਹ ਗੱਲ ਪੁੱਛਗਿੱਛ ਹੋਈ ਹੈ, ਪਤਾ ਲੱਗਿਆ ਕਿ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਜਗ੍ਹਾ ਦੇ ਉੱਤੇ ਚੀਜ਼ਾਂ ਰੱਖਦੇ ਸੀ ਅਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ। ਦੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ, ਉਹਨੂੰ ਪਤਾ ਸੀਗਾ ਕਿ ਕਿੱਥੇ ਇਹ ਚੀਜ਼ਾਂ ਰੱਖੀਆਂ ਗਈਆਂ ਨੇ, ਅਤੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ 'ਚ ਹੋਈ ਹੈ। ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਬ ਰਿਕਮੈਂਡੇਸ਼ਨ ਕਰਾਂਗੇ DG ਸਾਹਿਬ ਨੂੰ, ਸੋ ਦੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ DG ਲੈਵਲ 'ਤੇ ਉਹ ਵੀ ਦਿੱਤਾ ਜਾਏ। ਉਹ ਬੇਟੀ ਹੈ ਜੀ ਉਹਨਾਂ ਦੀ, ਜਿਵੇਂ ਘਰ ਦੇ ਹੈ ਜੀ, ਨਹੀਂ ਇੱਥੋਂ ਦੇ ਹੈ ਜੀ, ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ, ਬੰਬੇ ਵਾਲੀ ਕੋਠੀ। ਸਨੀ ਭੱਜਿਆ ਹੋਇਆ ਜੀ,
ਔਰ ਮੇਰੇ ਖਿਆਲ 3-4 ਮਹੀਨੇ ਪਹਿਲਾਂ ਹੀ ਉਹ ਜ਼ਮਾਨਤ 'ਤੇ ਆਇਆ, ਉਹ ਜਲਦੀ ਫੜਿਆ ਜਾਏਗਾ ਉਹ ਵੀ। ਸਰ ਜਿਹੜਾ ਕੈਮੀਕਲ ਹੈ ਇਸਦਾ ਮਤਲਬ ਕਿ ਐਸਟੈਬਲਿਸ਼ ਕਰ ਰਹੇ ਸੀ ਇਹ ਫੈਕਟਰੀ ਡਰੱਗ ਕੇ ਜਾਣ ਚੱਲ ਰਹੀ ਸੀ? ਨਹੀਂ, ਬੇਸਿਕਲੀ ਇਨਹਾਂਸਰ ਦਾ ਕੰਮ ਲੈ ਰਹੇ ਸੀਗੇ ਕਿ ਜਿੱਦਾਂ ਆਪਾਂ ਮਤਲਬ ਥੋੜ੍ਹੀ ਮਾਤਰਾ ਦੇ ਵਿੱਚ ਚੀਜ਼ ਲਿਆਂਦੀ, ਉਹਦੇ 'ਚ ਬਾਕੀ ਕੈਮੀਕਲ ਘੋਲ ਕੇ ਅਡਲਟਰੇਟ ਕਰਕੇ, ਪਰ ਉਹ ਰਹੇ ਉਹੀ, ਜਿਵੇਂ ਹੀਰੋਇਨ ਵਾਸਤੇ ਸਪੈਸ਼ਲੀ, ਅਤੇ ਉਹ ਉਸ ਗੱਲ ਵਾਸਤੇ ਪੈਸਿਆਂ ਦੇ ਲਾਲਚ ਵਾਸਤੇ, ਜਿਵੇਂ ਸਪੋਜ਼ ਕਰੋ 2 ਕਿਲੋ ਹੈ ਤਾਂ ਉਹਨੂੰ ਆਪਾਂ 3.5-4 ਕਿਲੋ ਬਣਾ ਲਈਏ ਜਾਂ 3 ਕਿਲੋ ਬਣਾ ਲਈਏ, ਉਹ ਡਿਪੈਂਡ ਕਰਦਾ ਹੈ ਮਿਕਸਿੰਗ 'ਤੇ। ਹਾਂਜੀ, ਇਹਦੇ 'ਚ ਕਿਉਂਕਿ ਸਨੀ 'ਤੇ ਮੇਨ ਨੈਟਵਰਕ ਹੈ ਦਿੱਤੇ ਆ, ਅਤੇ ਸਨੀ ਦੋਨੇ ਭਰਾ ਹੀ ਨੇ, ਇਹਨੂੰ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ। ਕੈਮੀਕਲ ਹੈ, ਚੈੱਕ ਕਰਾਵਾਂਗੇ ਜੀ। ਮੈਂ ਉਹੀ ਕਹਿੰਦਾ ਜੀ, ਇਹ ਅਜੇ ਇਸਟੈਬਲਿਸ਼ ਨਹੀਂ ਹੋਇਆ ਵੀ ਕਿੱਥੋਂ ਲੈ ਕੇ ਆਏ ਆ, ਉਹਦੇ 'ਚ ਸਨੀ ਦੀ ਵੀ ਗ੍ਰਿਫਤਾਰੀ ਜ਼ਰੂਰੀ ਆ, ਅਦਿੱਤਿਆ ਦੀ ਵੀ ਪੁੱਛਗਿੱਛ ਹੋ ਰਹੀ ਆ ਡਿਟੇਲ 'ਚ, ਔਰ ਇਹਦਾ ਹੁਣ ਅਸੀਂ ਟੈਸਟ ਵੀ ਕਰਾਉਣ ਵਾਸਤੇ ਲੈਬੋਰਟਰੀ ਨੂੰ ਭੇਜਣਾ ਕਿ ਕੀ ਚੀਜ਼ ਹੈ। ਹਾਂਜੀ, ਦੇਖੋ ਹੁਣ ਇਹ ਗੱਲ, ਇਹ ਸਾਰੀ ਗੱਲ ਮੁਲਜ਼ਮ ਇੱਕ ਦੂਸਰੇ 'ਤੇ ਸੁੱਟਦੇ ਹੀ ਹੁੰਦੇ ਸ਼ੁਰੂ 'ਚ, ਬਟ ਅਦਿੱਤਿਆ ਦੀ ਵੀ ਅਜੇ ਪੁੱਛਗਿੱਛ ਚੱਲ ਰਹੀ ਹੈ, ਸਨੀ ਅਜੇ ਫੜਿਆ ਜਾਣਾ ਬਾਕੀ, ਇਹਨਾਂ ਤੋਂ ਗੱਲ ਕਾਫੀ ਕਲੀਅਰ ਹੋ ਜਾਏਗੀ ਕਿ ਇਹਨਾਂ ਨੇ ਕਿਸੇ ਨੂੰ ਵੇਚਣੇ ਸੀ ਜਾਂ ਯੂਜ਼ ਕਰਨੇ ਸੀ ਜਾਂ ਕੀ ਕਰਨੇ ਸੀਗੇ, ਕਿਉਂਕਿ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਮੁਕੱਦਮੇ ਜਿਹੜੇ ਹੈਗੇ ਉਹ ਦਰਜ ਨੇ ਇੱਦਾਂ ਦੇ। ਨਹੀਂ, ਵੱਖ ਵੱਖ ਥਾਵਾਂ ਤੋਂ ਅਰੈਸਟ ਹੋਏ ਆ ਜੀ, ਅਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਿਕਵਰੀਆਂ ਅੱਗੇ ਕੀਤੀਆਂ ਗਈਆਂ। ਉਹੀ ਮੈਂ ਕਹਿ ਰਿਹਾ ਤੁਹਾਨੂੰ ਜੀ, ਕੁਛ ਇੰਡੀਆ ਦੇ ਵਿੱਚੋਂ ਵੀ ਆਇਆ, ਜਿਵੇਂ OPM ਹੈ, ਉਹਦਾ ਸੋਰਸ ਅਸੀਂ ਕਲੀਅਰ ਕਰ ਰਹੇ ਹਾਂ। ਉਸ ਤੋਂ ਇਲਾਵਾ ਕ੍ਰੋਸ ਬਾਰਡਰ ਜਿਹੜੀ ਹੀਰੋਇਨ ਦਾ ਤਾਂ ਆਪਾਂ ਨੂੰ ਪਤਾ ਹੀ ਹੈ, ਕੈਮੀਕਲ ਦਾ ਸੋਰਸ ਅਜੇ ਸਾਨੂੰ ਪਤਾ ਨਹੀਂ ਲੱਗਿਆ ਵੀ ਕਿੱਥੋਂ ਇਹਨਾਂ ਨੇ ਕੀਤਾ, ਜਿਹੜਾ ਕਿ ਇਹਨਾਂ ਨੂੰ ਇਹ ਗੱਲ ਦੀ ਨੌਲੇਜ ਆਈ ਕਿ ਇਨਹਾਂਸ ਕਰਨ ਵਾਸਤੇ ਇਹਨੂੰ ਯੂਜ਼ ਕਰਨਾ। ਸਰ ਬੜੀ ਵੱਡੀ ਰਿਕਵਰੀ ਆ, ਔਰ ਜਿਸ ਤਰੀਕੇ ਨਾਲ ਛੋਟੇ ਜਿਹੇ ਟਾਊਨ ਦੇ ਵਿੱਚ ਜਾਂ ਛੋਟੇ ਜਿਹੇ ਇਲਾਕੇ 'ਚ ਆਪਾਂ ਕਹੀਏ, ਇੰਨਾ ਵੱਡਾ ਜਗੀਰਾ ਰੱਖ ਕੇ ਬੈਠੇ ਸੀ, ਕੀ ਤਾਂ ਕਿ ਦਾ ਕੋਈ ਪਹਿਲੇ ਵੀ ਬਹੁਤ ਸਾਰੇ ਰਿਕਵਰੀ ਕੀਤੀ ਹੈ, ਇਹਦੇ ਬਾਰੇ ਕੀ ਕਹੋ? ਦੇਖੋ, ਮੈਂ ਤਾਂ ਇਹ ਗੱਲ ਕਹੂੰਗਾ ਕਿ ਦੇਖੋ ਇਹ ਔਨਗੋਇੰਗ ਪ੍ਰੋਸੈਸ ਹੈ ਪੁਲਿਸ ਦਾ, ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਹੈ, ਇੰਟੈਲੀਜੈਂਸ ਨੈਟਵਰਕ, ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ, ਉਹ ਸਾਰੀ ਮਿਹਨਤ ਕਰ ਰਹੀ ਹੈ, ਟੀਮ ਵਰਕ ਹੈ, ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ। ਦੇਖੋ, ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ, ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਿਆ ਹੀ ਹੁੰਦਾ, ਆਦਤ ਬਣੀ ਹੁੰਦੀ ਹੈ। ਪੁਲਿਸ ਇਸ ਗੱਲ 'ਤੇ ਵਚਨਬੱਧ ਹੈ, ਔਰ ਅਸੀਂ ਇਸ ਗੱਲ 'ਤੇ ਪੂਰਾ ਪਹਿਰਾ ਦੇ ਰਹੇ ਹਾਂ ਕਿ ਅਸੀਂ ਆਪਣੇ ਏਰੀਏ 'ਚ ਕੰਮ ਨਹੀਂ ਹੋਣ ਦੇਣਾ। ਮੈਂ ਉਹੀ ਕਹਿੰਦਾ ਜੀ, ਬੱਚਿਆਂ ਨੂੰ ਜਿੱਦਾਂ ਯੂਜ਼ ਕਰ ਰਹੇ ਸੀ ਟਰਾਂਸਪੋਰਟ ਵਾਸਤੇ, ਉਹ ਸਾਰੀ ਪੁੱਛਗਿੱਛ ਹੁਣ ਚੱਲ ਰਹੀ ਹੈ ਜੀ। ਨਹੀਂ, ਇਹ ਕਾਫੀ ਹੈ ਜੀ, ਮਤਲਬ ਦੇਖੋ ਸਾਰਾ ਜਿਹੜਾ ਮੇਨ ਮਾਤਰਾ, ਚਾਹੇ ਉਹ ਡਰੱਗ ਦੀ ਹੈ ਚਾਹੇ ਉਹ ਆਪਣੇ ਵੈਪਨਸ ਦੀ ਹੈ, ਸਾਰੀ ਕਲੀਅਰ ਹੋ ਚੁੱਕੀ ਹੈ। ਲੜਕੀ ਦਾ ਰੋਲ ਇਹ ਸੀ, ਉਹਦੀ ਨੌਲੇਜ ਸੀਗਾ ਅਤੇ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ। ਹੈਂਜੀ, ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ, ਇਹਨਾਂ ਦਾ ਸਾਡਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਵੀ ਕੌਣ ਇਹਨਾਂ ਦੇ ਗਾਹਕ ਹੈ ਜਾਂ ਕਿੱਥੇ ਅੱਗੇ ਸਪਲਾਇਰ ਹੈ ਅਤੇ ਕੌਣ ਸੋਰਸ ਹੈ ਜਿੱਥੋਂ ਲੈ ਕੇ ਆਏ। ਭਾਈ ਸਾਹਿਬ, ਅਲੱਗ ਅਲੱਗ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ, ਜਿਵੇਂ ਆਪਾਂ ਅਦਿੱਤਿਆ ਦੀ ਦੇਖ ਲਓ 6-11 ਨੂੰ ਹੋ ਚੁੱਕੀ ਸੀ, ਉਸ ਤੋਂ ਅੱਗੇ ਡਿਵੈਲਪ ਹੋਈ, 6-11 ਤੋਂ ਮਿਲਿਆ, 6 ਨਵੰਬਰ ਤੋਂ ਚੱਲ ਰਿਹਾ ਜੀ, ਕਿਉਂਕਿ ਮੁਕੱਦਮਾ ਹੀ 6-11 ਦਾ ਸਾਡਾ, ਜੇ ਆਪਾਂ ਤੁਹਾਨੂੰ ਪ੍ਰੈਸ ਨੋਟ ਵੀ ਦੇਵਾਂਗੇ ਹੁਣੀ,
ਇਹ 11-11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਹੈ, ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ। ਨਹੀਂ ਫਾਇਦਾ ਨਹੀਂ ਹੁਣ ਦੋ ਤਿੰਨ ਮਹੀਨੇ ਹੋਏ। ਦੇਖੋ ਬੜੀ ਸਿੰਪਲ ਗੱਲ ਹੈ, ਤਾਂ ਜੁਡੀਸ਼ੀਅਲ ਪ੍ਰੋਸੈਸ ਹੈ, ਉਹਦੇ ਬਾਰੇ ਆਪਾਂ ਕੀ ਕਮੈਂਟ ਕਰ ਸਕਦੇ ਹਾਂ ਜੀ। ਬਟ ਸਾਡੇ ਜਿਹੜੀ ਪੁਲਿਸ ਦੀ ਵਰਕਿੰਗ ਹੈ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ, ਆਈ ਥਿੰਕ ਤੁਸੀਂ ਵੀ ਕਰੋਗੇ। ਸਰ ਸਪੈਸ਼ਲ ਕੋਈ ਜਿਹੜਾ ਸੀਆਈਏ ਦਾ ਜਾਂ ਸਪੈਸ਼ਲ ਦਲ ਦਾ ਸੀ ਜਾਂ ਆਪਰੇਸ਼ਨ ਕਿਸੇ ਥਾਣੇ ਦਾ? ਥਾਣੇ ਇਸਲਾਮਾਬਾਦ ਦਾ ਪਿਓਰਲੀ ਉਹਨਾਂ ਦਾ ਹੈ, ਦੈਟ ਇਜ਼ ਵਾਈ ਆਮ ਐਪਰੀਸ਼ੀਏਟਿੰਗ ਕਿ ਬਹੁਤ ਵਧੀਆ ਇਹ ਅੱਛਾ ਇੱਕ ਬਸਟ ਕੀਤਾ ਇਹਨਾਂ ਨੇ ਕਾਟਲ।